ਇਹਨਾਂ ਰੋਂਦੀਆਂ ਕੁਰਲਾਉਂਦੀਆਂ ਮਾਵਾਂ ਨੇ ਆਪਣਾ ਜਵਾਨ ਪੁੱਤ ਖੋ ਲਿਆ ਜੋ ਉਹਨਾਂ ਦਾ ਕਮਾਊ ਪੁੱਤ ਸੀ ਅਤੇ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦਰਅਸਲ ਨੌਜਵਾਨ ਦੀ ਛੱਪੜ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਰਾਤ ਦੇ ਹਨੇਰੇ ਦੇ ਵਿੱਚ ਜਦੋਂ ਨੌਜਵਾਨ ਸੁਖਪ੍ਰੀਤ ਸਿੰਘ ਆਪਣਾ ਕੰਮ ਕਰਕੇ ਵਾਪਸ ਘਰ ਨੂੰ ਪਰਤ ਰਿਹਾ ਸੀ ਤਾਂ ਲਾਈਟ ਨਾ ਹੋਣ ਦੇ ਚੱਲਦੇ ਇਹ ਭਾਣਾ ਵਾਪਰਿਆ ਤੇ ਉਸਦਾ ਪੈਰ ਫਿਸਲਿਆ ਤੇ ਉਹ ਛੱਪੜ ਦੇ ਵਿੱਚ ਜਾ ਕੇ ਡਿੱਗ ਗਿਆ। ਦਲਦਲ ਜ਼ਿਆਦਾ ਹੋਣ ਦੇ ਕਾਰਨ ਉਹ ਬਾਹਰ ਨਹੀਂ ਨਿਕਲ ਪਾਇਆ ਜਿਸ ਕਾਰਨ ਉਸਦੀ ਮੌਤ ਹੋ ਗਈ। ਨੌਜਵਾਨ ਦੀ ਉਮਰ ਸਿਰਫ 21 ਸਾਲ ਦੀ ਸੀ ਜੋ ਫੌਜ ਦੇ ਵਿੱਚ ਵੀ ਭਰਤੀ ਹੋਣਾ ਚਾਹੁੰਦਾ ਸੀ। ਨੌਜਵਾਨ ਸੁਖਪ੍ਰੀਤ ਸਿੰਘ ਪਿੰਡ ਉਗੋਕੇ ਦਾ ਰਹਿਣ ਵਾਲਾ ਸੀ ਜੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਬਹੁਤ ਹੀ ਗਰੀਬੀ ਅਤੇ ਕਠਿਨਾਈਆਂ ਨਾਲ ਉਹਨਾਂ ਨੇ ਆਪਣੇ ਬੇਟੇ ਨੂੰ ਪੜ੍ਹਾਈ ਕਰਵਾਈ ਸੀ ਤਾਂ ਕਿ ਉਹ ਅੱਗੇ ਜਾ ਕੇ ਉਹਨਾਂ ਦਾ ਸਹਾਰਾ ਬਣੇ। ਸੁਖਪ੍ਰੀਤ ਸਿੰਘ ਜਿੱਥੇ ਪੜ੍ਹਾਈ ਕਰ ਰਿਹਾ ਸੀ ਉੱਥੇ ਨਾਲ ਨਾਲ ਫੌਜ ਦੀ ਟ੍ਰੇਨਿੰਗ ਵੀ ਲੈ ਰਿਹਾ ਸੀ। ਇਸ ਦੇ ਇਲਾਵਾ ਉਹ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਖਾਲੀ ਸਮੇਂ ਦੇ ਵਿੱਚ ਮਜ਼ਦੂਰੀ ਵੀ ਕਰਦਾ ਸੀ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤ ਦੀ ਇਸ ਤਰ੍ਹਾਂ ਮੌਤ ਹੋ ਜਾਵੇਗੀ। ਪਿੰਡ ਵਾਸੀਆਂ ਨੇ ਹੁਣ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਲਾਬ ਦਾ ਉਚਿਤ ਹੱਲ ਹੋਵੇ ਅਤੇ ਇਸ ਛੱਪੜ ਦੇ ਆਲੇ ਦੁਆਲੇ ਚਾਰ ਦੀਵਾਰੀ ਬਣਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਹੋ ਸਕਣ, ਕਿਉਂਕਿ ਇਸ ਜਗ੍ਹਾ ਤੇ ਪਹਿਲਾਂ ਵੀ ਮੌਤਾਂ ਹੋ ਚੁੱਕੀਆਂ ਨੇ। ਜਿਸ ਤੋਂ ਬਾਅਦ ਹੁਣ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਛੱਪੜ ਦਾ ਕੋਈ ਹੱਲ ਹੋਵੇ ਤੇ ਜਿਸ ਪਰਿਵਾਰ ਦੇ ਨਾਲ ਸੰਬੰਧਿਤ ਨੌਜਵਾਨ ਦੀ ਮੌਤ ਹੋਈ ਆ ਉਸ ਪਰਿਵਾਰ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਮੇਰਾ ਬੇਟਾ ਸੀਗਾ, ਵਿਚਾਰਾ ਕੰਮ ਤੋਂ ਆਉਂਦਾ ਸੀ, ਪਹਿਲਾਂ ਵਿਚਾਰਾ ਫੌਜ ਦੀ ਭਰਤੀ ਦੇਖਦਾ ਸੀ, ਪਹਿਲਾਂ ਵਿਚਾਰਾ ਪੇਪਰ ਕਰਕੇ ਹਟਿਆ, ਉਹਦੇ ਪੈਸੇ ਦੇਣੇ ਸੀਗੇ, ਕਹਿੰਦਾ ਦਿਹਾੜੀ ਜਾਇਆ ਕਰੂੰ, ਮੈਂ ਭੱਜਣ ਜਾਂਦਾ ਸੀ ਤੜਕੇ ਵੇ, ਉਹੀ ਲਾਇਕ ਸੀਗਾ ਵਿਚਾਰਾ, ਉਹੀ ਰੱਬ ਨੂੰ ਚੰਗਾ ਲੱਗਿਆ। ਕੀ ਕਹਿਣਾ ਚਾਹੁੰਦੇ ਹਾਂ, ਸੁਖਪ੍ਰੀਤ ਸਿੰਘ ਜੀ ਆਪਣੇ ਕੰਮ ਤੋਂ ਆ ਰਿਹਾ ਸੀਗਾ, ਅੱਠ ਦਾ ਟਾਈਮ ਸੀਗਾ ਜੀ, ਅੱਠ ਦੇ ਟਾਈਮ ਤੋਂ ਉਹ ਇੱਥੇ ਛੱਪੜ ਦੇ ਨਾਲ ਵੀ ਪੈਰ ਉਹਨਾਂ ਦਾ ਥਲਕ ਗਿਆ, ਇਸ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ, ਬਹੁਤ ਪੜ੍ਹੇ ਸੀਗੇ, ਫੌਜ ਦੀ ਟ੍ਰੇਨਿੰਗ ਕਰ ਰਹੇ ਸੀ, ਇਸ ਕਰਕੇ ਉਹਨਾਂ ਦੀ ਵੀ ਪੈਰ ਤਲਕਣ ਕਾਰਨ ਮੌਤ ਹੋ ਗਈ, ਛੱਪੜ ਦੇ ਨਾਲ ਡੈਥ ਹੋ ਗਈ ਆ। ਅਤੇ ਇਹ ਬਹੁਤ ਗਰੀਬ ਬੰਦੇ ਨੇ ਕਿ ਇਹਨਾਂ ਕੋਈ ਸਹਾਇਤਾ ਕੀਤੀ ਜਾਵੇ, ਹੁਣ ਐਂ ਕਰਕੇ ਵੀ ਅੱਗੇ ਪਹਿਲਾਂ ਵੀ ਮੌਤਾਂ ਹੋ ਚੁੱਕੀਆਂ ਨੇ, ਅਤੇ ਤਿੰਨ ਲੱਖ ਮੁੰਡੇ ਦੀ ਡੈਥ ਹੋ ਗਈ, ਛੋਟੇ ਦੀ ਉਹ ਵੀ ਛੱਪੜ ਵਿੱਚ ਡਿੱਗ ਕੇ ਹੋਈ ਆ, ਇਹਦਾ ਕੋਈ ਹੱਲ ਕੀਤਾ ਜਾਵੇ। ਅਤੇ ਅੱਗੇ ਬਾਰਸਾਂ ਵੀ ਆ ਰਹੀਆਂ ਹੈ, ਬਾਰਸਾਂ ਕਰਕੇ ਇਹਨਾਂ ਦਾ ਘਰਾਂ ਵਿੱਚ ਪਾਣੀ ਵੀ ਆ ਸਕਦਾ ਜੀ, ਅਤੇ ਇਹਨਾਂ ਦੀ ਕੋਈ ਸਹਾਇਤਾ ਜਾਂ ਕੋਈ ਹੱਲ ਕੀਤਾ ਜਾਵੇ। ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਇੱਥੇ ਸੁਖਪ੍ਰੀਤ ਸਿੰਘ ਮੁੰਡਾ ਜਿਹੜਾ ਭਰਤੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ, ਹੁਣ ਛੁੱਟੀਆਂ ਹੋਣ ਕਰਕੇ ਉਹ ਆਪਦੇ ਨਾ ਕੰਮ ਤੋਂ ਆ ਰਿਹਾ ਸੀ, ਤਕਰੀਬਨ 8 ਵਜੇ ਜੀ, ਲਾਈਟ ਨਾ ਹੋਣ ਕਰਕੇ ਉਹ ਇੱਧਰ ਦੀ ਆਪਦੇ ਰਸਤੇ ਤੁਰਿਆ ਆਉਂਦਾ ਸੀਗਾ, ਉਹ ਛੱਪੜ ਦੇ ਵਿੱਚ ਪੈਰ ਸਿਲਕ ਕੇ ਉਹ ਡਿੱਗ ਪਿਆ ਜੀ, ਇਸ ਕਰਕੇ ਉਹਦੀ ਮੌਤ ਹੋ ਗਈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂਗੇ, ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ। ਕੱਲ੍ਹ ਨੂੰ ਬਾਰਿਸ਼ਾਂ ਦਾ ਟਾਈਮ ਹੋ ਗਿਆ ਜੀ, ਬਾਰਿਸ਼ਾਂ ਦਾ ਟਾਈਮ ਹੋਣ ਕਰਕੇ ਵੀ ਘਰਾਂ 'ਚ ਵੀ ਪਾਣੀ ਵੜ ਸਕਦਾ, ਤਕਰੀਬਨ ਉੱਤੇ ਹੀ ਚੜਿਆ ਪਿਆ ਪਾਣੀ ਇਹਨਾਂ ਦੀ ਜੀ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਕਿ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ, ਸਾਰੇ ਪਿੰਡ ਦਾ ਪਾਣੀ ਇੱਥੇ ਹੀ ਡਿੱਗਦਾ ਜੀ ਆ ਕੇ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਦਾ ਹੱਲ ਕੱਢਿਆ ਜਾਵੇ, ਇਹਦਾ ਨਿਕਾਸ ਕਰਿਆ ਜਾਵੇ ਜੀ। ਜਿੱਥੇ ਭਿਆਨਕ ਬਿਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮੌਤਾਂ ਹੋ ਚੱਲੀਆਂ ਨੇ ਇੱਥੇ ਜੀ, ਅਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ, ਅਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ, ਅਤੇ ਇਹ ਵੀ ਮਤਲਬ ਇੱਥੇ ਇਹਦੇ ਵਿੱਚ ਡਿੱਗ ਕੇ
ਮਰ ਗਿਆ ਜੀ। ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ, ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਦੇ ਕੰਮ ਤੋਂ ਆ ਰਿਹਾ ਸੀਗਾ, ਇਸ ਕਰਕੇ ਉਹ ਹੋ ਗਿਆ ਜੀ।